ਨੇ ਕੱਲ ਵੀਡੀਓ ਪਾਈ ਸੀ ਕਿਤੇ ਉਹ ਵੀਡੀਓ ਜਿਹੜੀ ਸੀ ਮੈਂ ਕੱਲ ਦੇਖੀ ਸੀ ਤੇ ਰਾਤ ਸਮ ਚੈਨ ਨਹੀਂ ਆਇਆ ਵੀ ਭਰਾ ਸਾਡੇ ਸੀਗੇ ਸਰਦਾਰ ਜੁਗਰਾਜ ਸਿੰਘ ਜੀ ਉਹਨਾਂ ਦੀ ਕਿਸੇ ਭਿਆਨਕ ਬਿਮਾਰੀ ਕਾਰਨ ਕਰਕੇ ਡੈਥ ਹੋ ਗਈ ਸੀਗੀ 2 ਸਾਲ ਪਹਿਲਾਂ ਡੈਥ ਹੋ ਗਈ ਸੀਗੀ ਇਹਨਾਂ ਦੇ 3 ਬੱਚੇ ਆ ਅਤੇ ਉਹਨਾਂ ਦੀ ਡੈਥ ਤੋਂ ਬਾਅਦ ਉਹ ਬੱਚੇ ਸਕੂਲ ਵੀ ਨਹੀਂ ਜਾ ਸਕੇ ਅਤੇ ਇਹ ਜਿਹੜੇ ਭੈਣ ਆ ਇਹ ਆਪਣਾ ਸਿਰ ਕਾ ਜਿਹੜਾ ਉਹ ਕਿਸੇ ਦੇ ਘਰ ਵਿੱਚ ਕੀਤਾ ਹੋਇਆ ਜਿਹੜਾ ਉਹ ਨਿੱਕਾ ਜਿਹਾ ਕਮਰਾ ਦਿੱਤਾ ਹੋਇਆ ਕਿਸੇ ਨੇ ਤਰਸ ਦੇ ਆਧਾਰ 'ਤੇ ਵੀ ਚੱਲ ਭੈਣਾ ਤੂੰ ਆਪਣੇ ਬੱਚੇ ਲੈ ਕੇ ਇੱਥੇ ਰਹੀ ਜਾ ਹੁਣ ਉਸ ਮਾਲਕ ਨੇ ਇਹ ਜਗ੍ਹਾ ਵੇਚਣੀ ਆ ਅਤੇ ਇਸ ਭੈਣ ਨੂੰ ਕਿਹਾ ਕਿ ਤੂੰ ਆਪਣੀ ਜਗ੍ਹਾ ਜਿਹੜੀ ਆ ਉਹਦਾ ਪ੍ਰਬੰਧ ਕਰ ਲਾ ਅਤੇ ਇਹ ਭੈਣ ਕੁਛ ਪੁਲਿਸ ਮੁਲਾਜ਼ਮਾਂ ਦੇ ਕੀਤੇ ਕੰਮਾਂ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਲੋਕ ਮਾੜਾ ਮੰਨਦੇ ਨੇ ਪਰ ਅੱਜ ਜੋ ਤੁਹਾਨੂੰ ਅਸੀਂ ਖਬਰ ਵਿਖਾਉਣ ਜਾ ਰਹੇ ਹਾਂ ਉਹ ਇੱਕ ਅਜਿਹੇ ਪੁਲਿਸ ਮੁਲਾਜ਼ਮ ਦੀ ਹੈ ਜਿਸ ਦੇ ਕੀਤੇ ਕੰਮਾਂ ਕਰਕੇ ਅੱਜ ਹਰ ਪਾਸੇ ਉਹਨਾਂ ਦੀ ਸ਼ਲਾਘਾ ਹੋ ਰਹੀ ਹੈ ASI ਦਲਜੀਤ ਸਿੰਘ ਜਿਨ੍ਹਾਂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਪਿੰਡ 1 ਤਾਰਾ ਸਿੰਘ ਦੀ ਰਹਿਣ ਵਾਲੀ ਮਨਪ੍ਰੀਤ ਕੌਰ ਜਿਸ ਦੇ ਪਤੀ ਦੀ ਮੌਤ ਹੋ ਗਈ ਸੀ ਘਰ ਵਿੱਚ ਕੋਈ ਕਮਾਉਣ ਵਾਲਾ ਨਾ ਰਿਹਾ ਬੱਚਿਆਂ ਦੀ ਪੜ੍ਹਾਈ ਵੀ ਔਖੀ ਹੋ ਗਈ ਪਰਿਵਾਰ ਵੱਲੋਂ ਮਦਦ ਲਈ ਪਾਈ ਗਈ ਵੀਡੀਓ ਨੂੰ ਵੇਖ ਕੇ ASI ਦਲਜੀਤ ਸਿੰਘ ਇਸ ਪਰਿਵਾਰ ਦੀ ਮਦਦ ਲਈ ਪਹੁੰਚੇ ਉਹਨਾਂ ਵੱਲੋਂ ਘਰ ਦੇ ਗੁਜ਼ਾਰੇ ਲਈ ਰਾਸ਼ਨ ਬੱਚਿਆਂ ਦੀ ਪੜ੍ਹਾਈ ਲਈ ਫੀਸ ਅਤੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਮਨਪ੍ਰੀਤ ਕੌਰ ਜਿਸ ਘਰ ਵਿੱਚ ਰਹਿੰਦੀ ਹੈ ਉਸ ਘਰ ਦੀ ਹਾਲਤ ਕਿੱਦਾਂ ਦੀ ਹੈ ਜਦ ਅਸੀਂ ASI ਦਲਜੀਤ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਤੁਸੀਂ ਵੀ ਸੁਣੋ ਭਰਾ ਸਾਡੇ ਸੀਗੇ ਸਰਦਾਰ ਜੁਗਰਾਜ ਸਿੰਘ ਜੀ ਉਹਨਾਂ ਦੀ ਕਿਸੇ ਭਿਆਨਕ ਬਿਮਾਰੀ ਕਾਰਨ ਕਰਕੇ ਡੈਥ ਹੋ ਗਈ ਸੀਗੀ 2 ਸਾਲ ਪਹਿਲਾਂ ਡੈਥ ਹੋ ਗਈ ਸੀਗੀ ਇਹਨਾਂ ਦੇ 3 ਬੱਚੇ ਆ ਅਤੇ ਉਹਨਾਂ ਦੀ ਡੈਥ ਤੋਂ ਬਾਅਦ ਉਹ ਬੱਚੇ ਸਕੂਲ ਵੀ ਨਹੀਂ ਜਾ ਸਕੇ ਅਤੇ ਇਹ ਜਿਹੜੇ ਭੈਣ ਆ ਇਹ ਆਪਣਾ ਸਿਰ ਕਾ ਜਿਹੜਾ ਉਹ ਕਿਸੇ ਦੇ ਘਰ ਵਿੱਚ ਕੀਤਾ ਹੋਇਆ ਜਿਹੜਾ ਉਹ ਨਿੱਕਾ ਜਿਹਾ ਕਮਰਾ ਦਿੱਤਾ ਹੋਇਆ ਕਿਸੇ ਨੇ ਤਰਸ ਦੇ ਆਧਾਰ 'ਤੇ ਵੀ ਚੱਲ ਭੈਣਾ ਤੂੰ ਆਪਣੇ ਬੱਚੇ ਲੈ ਕੇ ਇੱਥੇ ਰਹੀ ਜਾ ਹੁਣ ਉਸ ਮਾਲਕ ਨੇ ਇਹ ਜਗ੍ਹਾ ਵੇਚਣੀ ਆ ਅਤੇ ਇਸ ਭੈਣ ਨੂੰ ਕਿਹਾ ਕਿ ਤੂੰ ਆਪਣੀ ਜਗ੍ਹਾ ਜਿਹੜੀ ਆ ਉਹਦਾ ਪ੍ਰਬੰਧ ਕਰ ਲਾ ਅਤੇ ਇਹ ਭੈਣ ਨੇ ਕੱਲ੍ਹ ਵੀਡੀਓ ਪਾਈ ਸੀ ਕਿਤੇ ਉਹ ਵੀਡੀਓ ਜਿਹੜੀ ਸੀ ਮੈਂ ਕੱਲ੍ਹ ਦੇਖੀ ਸੀ ਅਤੇ ਰਾਤ ਸਮ ਚੈਨ ਨਹੀਂ ਆਇਆ ਵੀ ਅਸੀਂ ਇੱਥੇ ਪਹੁੰਚ ਕੇ ਇਸ ਭੈਣ ਦੇ ਵੇਖੀ ਕੋਈ ਹੈਲਪ ਕੀਤੀ ਜਾਵੇ ਜਾਂ ਜੋ ਵੀ ਆ ਇਹ ਅੱਜ ਇੱਕ ਜ਼ਰੀਆ ਵਾ ਛੋਟਾ ਜਿਹਾ ਇਹ ਮੀਡੀਆ ਰਾਹੀਂ ਵੀ ਅਸੀਂ ਉਹਨਾਂ ਦਾਨੀ ਸੱਜਣਾ ਕਿ ਭੈਣ ਭਰਾਵਾਂ ਅੱਗੇ ਬੇਨਤੀ ਕਰਦੇ ਹਾਂ ਕਿ ਇਸ ਭੈਣ ਭਰਾ ਇਸ ਭੈਣ ਦਾ ਜਿਹੜਾ ਸੀ ਬੱਚਿਆਂ ਦੇ ਸਿਰ 'ਤੇ ਹੱਥ ਰੱਖ ਕੇ ਇਹਦੀ ਕੋਈ ਜੇ ਕੋਈ ਪੜ੍ਹਾਈ ਲਿਖਾਈ ਦੀ ਸੇਵਾ ਲੈਣਾ ਚਾਹੁੰਦਾ ਉਹ ਵੀ ਮੋਸਟ ਵੈਲਕਮ ਹੈ ਜੇ ਕੋਈ ਭੈਣ ਭਰਾ ਇਸ ਭੈਣ ਦੀ ਕੋਈ ਕਮਰਾ ਬਣਾਉਣ ਵਿੱਚ ਜਾਂ ਛੋਟੀ ਜਗ੍ਹਾ ਲੈ ਕੇ ਉਹਨੂੰ ਬਣਾਉਣ ਵਿੱਚ ਕੋਈ ਥਾਂ ਲੈ ਕੇ ਦੇਣ ਵਿੱਚ ਜਿੰਨੀ ਵੀ ਤਿਲ ਫੁੱਲ ਭੇਟਾ ਉਹ ਦੇ ਸਕਦਾ ਵਾ ਅਸੀਂ ਉਹਨਾਂ ਅੱਗੇ ਬੇਨਤੀ ਕਰਦੇ ਹਾਂ ਵੀ ਇਸ ਭੈਣ ਦੀ ਵੱਧ ਤੋਂ ਵੱਧ ਅੱਗੇ ਆ ਕੇ ਅਤੇ ਸੇਵਾ ਸਹਾਇਤਾ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਦਲਜੀਤ ਸਿੰਘ ਇਹ ਜੋ ਸਾਡੀ ਭੈਣ ਜੀ ਨੇ ਦੱਸਿਆ ਕਿ ਇਹਨਾਂ ਦੀ ਬੱਚੇ ਜਿਹੜੇ ਆ ਜਵਾਨ ਹੈ ਔਰ ਇਹਨਾਂ ਦੀ ਹਸਬੈਂਡ ਡੈਥ ਜਿਹੜੀ ਆ 2 ਜਾਂ 3 ਸਾਲ ਪਹਿਲਾਂ ਹੋ ਗਈ ਸੀਗੀ ਅਤੇ ਇਹ ਕਿਸੇ ਦੇ ਘਰ ਵਿੱਚ ਬੈਠੇ ਆ ਇਹ ਧੀਆਂ ਜਿਹੜੀਆਂ ਵਾ ਉਹ 10-11 ਸਾਲ ਦੀ ਏਜ ਹੈ ਉਹਨਾਂ ਦੀ ਇੱਕ ਛੋਟਾ ਬੇਟਾ ਜਿਹੜਾ ਉਹ 8 ਸਾਲ ਦਾ ਅਤੇ ਇਹ ਕਿਸੇ ਦੇ ਘਰ ਕਿਸੇ ਨੇ ਰਹਿਮ ਦੇ ਤੌਰ 'ਤੇ ਜਾਂ ਕਿਸੇ ਨੇ ਇਹਨਾਂ 'ਤੇ ਤਰਸ ਖਾ ਕੇ ਇਹਨਾਂ ਨੂੰ ਆਪਣੇ ਘਰ ਵਿੱਚ ਜਗ੍ਹਾ ਦਿੱਤੀ ਹੋਈ ਆ ਅਤੇ ਘਰ ਵਾਲੇ ਦੀ ਡੈਥ ਹੋਣ ਕਰਕੇ ਬੱਚਿਆਂ ਦੀ ਪਰਵਰਿਸ਼ ਨਹੀਂ ਚੰਗੀ ਤਰ੍ਹਾਂ ਹੋ ਰਹੀ ਅਤੇ ਉਹਨਾਂ ਦੀ ਪੜ੍ਹਾਈ ਵੀ ਰਹਿ ਗਈ ਆ ਇਹ ਹੁਣ ਵੱਡੀ ਬੇਟੀ ਨੂੰ ਇਹ 5-6 ਸਾਲ ਹੋ ਗਏ ਆ ਇਹ ਪੜ੍ਹਨ ਤੋਂ ਵੀ ਮਤਲਬ ਕਿ ਬਿਮਾਰੀ ਕਾਰਨ ਕਰਕੇ ਘਰ ਦਾ ਜਿਹੜਾ ਹਾਲਾਤ ਸੀਗੇ ਜਿਹੜਾ ਘਰ ਵਾਲੇ ਸੀਗੇ ਉਹਨਾਂ ਬਿਮਾਰੀ ਇਹੋ ਜਿਹੀ ਹੋਈ ਸੀ ਜਿਹਨਾਂ ਨੂੰ ਕੈਂਸਰ ਹੋਣ ਨਾਲ ਉਹਨਾਂ ਦੀ ਡੈਥ ਹੋ ਗਈ ਆ ਅਤੇ ਇਹ ਬੱਚੀ ਜਿਹੜੀ ਆ ਉਹ ਪੜ੍ਹ ਨਹੀਂ ਸਕੀ ਜਾਂ ਛੋਟਾ ਬੇਟਾ ਵਾ ਉਹਨਾਂ ਦੀ ਡੈਥ ਤੋਂ ਬਾਅਦ ਉਹ ਨਹੀਂ ਜਾ ਸਕਿਆ ਛੋਟੀ ਬੇਟੀ ਆ ਉਹਨਾਂ ਦੀ ਡੈਥ ਤੋਂ ਬਾਅਦ ਉਹ ਨਹੀਂ ਜਾ ਸਕੀ ਸੋ ਉਹਨਾਂ ਦਾਨੀ ਸੱਜਣਾ ਅੱਗੇ ਬੇਨਤੀ ਆ ਵੀ ਇੱਕ ਇਸ ਭੈਣ ਦਾ ਜਿਹੜਾ ਘਰ ਬਣਾ ਕੇ ਦਿੱਤਾ ਜਾਵੇ ਜਾਂ ਇੱਕ ਇਹਨੂੰ ਕਮਰਾ ਲੈ ਕੇ ਦਿੱਤਾ ਜਾਵੇ ਜੇ ਆਪਣੇ ਬੱਚਿਆਂ ਦੀ ਪਾਲ ਪੋਸ਼ਣ ਕਰ ਸਕੇ ਅਤੇ ਉਹਨਾਂ ਨੂੰ ਪੜ੍ਹਾ ਸਕੇ ਅਸੀਂ ਇਹ ਬੇਨਤੀ ਕਰ ਰਹੇ ਹਾਂ ਕਿ ਅਸੀਂ ਇਹਨਾਂ ਬੱਚਿਆਂ ਦੇ ਜਿੰਮਾ ਚੁੱਕਦੇ ਹਾਂ ਜੇ ਬੱਚੇ ਪੜ੍ਹਨਾ ਚਾਹੁੰਦੇ ਅਸੀਂ ਪੜ੍ਹਾਵਾਂਗੇ ਜੇ ਬਾਕੀ ਦਾਨੀ ਸੱਜਣਾ ਅੱਗੇ ਬੇਨਤੀ ਆ ਕਿ ਉਹ ਇਹਦੇ ਵਿੱਚ ਇੱਕ ਜਿਹੜਾ ਕੁੱਲੀ ਕੋਠਾ ਜਿਹੜਾ ਇੱਕ ਛੋਟਾ ਜਿਹਾ ਕਮਰਾ ਜਾਂ ਇੱਕ ਥੋੜ੍ਹੀ ਜਗ੍ਹਾ ਲੈ ਕੇ ਉਹ ਹਿੰਮਤ ਮਾਰਨ ਮੈਂ ਉਹਨਾਂ ਨਾਲ ਹਾਂ ਉਹ ਜਿਸ ਤਰ੍ਹਾਂ ਵੀ ਸਾਨੂੰ ਹੁਕਮ ਲਾਉਣਗੇ ਅਸੀਂ ਹਾਜ਼ਰ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਕੀ ਕਹਿਣਾ ਅੱਜ ASI ਦਲਜੀਤ ਸਿੰਘ ਜੀ ਆਏ ਸਮਾਜ ਸੇਵੀ ਉਹ ਭਾਅ ਜੀ ਆਏ ਭਾਅ ਜੀ ਦਲਜੀਤ ਸਿੰਘ ਹੁਣੀ ਥਾਣੇਦਾਰ ਉਹਨਾਂ ਨੇ ਵਿਚਾਰਿਆਂ ਨੇ ਬਥੇਰੀ ਸਾਡੀ ਮਦਦ ਕੀਤੀ ਆ ਅਤੇ ਤੁਸੀਂ ਵੀ ਹੁਣ ਕਰੋ ਵੀ ਬੱਚੇ ਮੇਰਾ ਕਿੰਨਾ ਘਰ ਹੀ ਹੈਗਾ ਏ ਘਰ ਬਾਰੇ ਮੈਂ ਤੁਰੀ ਫਿਰਦੀ ਧੀਆਂ ਮਟਿਆਰਾਂ ਕਿੱਥੇ ਮੈਂ ਲੈ ਕੇ ਬਹੂੰਗੀ ਇਹਨਾਂ ਨੂੰ ਕੋਈ ਥਾਂ ਥਿੱਥਾ ਆਪਦਾ ਹੋਵੇ ਤਾਂ ਮੈਂ ਬਵਾਂ ਅਤੇ ਥਾਂ ਤੋਂ ਵੀ ਆਤਰ ਹੋਏ ਹਾਂ ਜ਼ਿਮੀਂਦਾਰ ਵੀ ਹੁਣ ਕਾਲਾ ਪਿਆ ਹੁੰਦਾ ਭੈਣਾ ਮੈਂ ਥਾਂ ਵੇਚਣਾ ਅਤੇ ਤੂੰ ਆਪਦਾ ਹੁਣ ਕੋਈ ਆਪਦਾ ਮਾੜਾ ਚੰਗਾ ਵੇਖ ਕਿੱਥੇ ਤੇਰਾ ਬਣਦਾ ਅਤੇ ਮੇਰੀ ਹੱਥ ਜੋੜ ਕੇ ਇਹੋ ਬੇਨਤੀ ਆ ਵੀ ਮੇਰਾ ਘਰ ਬਣ ਜੇ ਮਰ ਸਿਰ ਲੇ ਦੁੱਖ ਲਕਾਵਾ ਚਰ ਸਿਰ ਦਾ ਬਣ ਜੇ ਮੈਂ ਧੀਆਂ ਵਧਾ ਦੀਆਂ ਲੈ ਕੇ ਬਹਿ ਜਾਂ ਮੁਟਿਆਰਾਂ ਹੋਈਆਂ ਗਾਂ ਕਿੱਥੇ ਲੈ ਕੇ ਬਹੂੰਗੀ ਕਿਸੇ ਦੇ ਮੈਂ ਅੱਗੇ ਤਾਂ ਬੈਠੀ ਹਾਂ ਅਤੇ ਮੇਰਾ ਇੰਨਾ ਕੁ ਸੋਚ ਆ ਵੀ ਮੇਰਾ ਕੋਈ ਮਾੜਾ ਚੰਗਾ ਘਰ ਬਣ ਜੇ ਅਤੇ ਮੈਂ ਆਪਣੀਆਂ ਧੀਆਂ ਲੈ ਕੇ ਬਵਾਂ ਤੁਹਾਡੀ ਆਪਣੀ ਜਗ੍ਹਾ ਨਹੀਂ ਹੈਗੀ ਨਹੀਂ ਆਪਣੀ ਜਗ੍ਹਾ ਨਹੀਂ ਨਾ ਹੈਗੀ ਭਾਅ ਜੀ
ते हुण किहदे घर बैठे तुसीं? हुण जिमीदार दे घर बैठे आ ते ओही वी हुण काला पिया है। उहदा पैणा आपदा हुण तूं बणा दे। हुण मैं ते मेरी ते इहो हथ जोड़ के बेनती जो भी मेरा इक कमरा पा दिओ ते मैनूं थां थोड़ा बहुता बण जाए ते मैं धीआं लै के बह जां।